ਪ੍ਰ ਗੁਰੂ ਪਿਆਰੀ ਸਾਥ ਸੰਗਤ ਜੀ ਸੱਚੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਬੈਠੇ ਆ ਗੁਰੂ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਅੱਜ ਜਦੋਂ ਅਸੀਂ ਇੱਥੋਂ ਨਿਕਲੇ ਸੀ ਦੋ ਸਮਾਗਮ ਹੈ ਰਾਤ ਦੇ ਇਹ ਤੋਂ ਬਾਅਦ ਅਸੀਂ ਰਮਦਾਸ ਜਾਣਾ ਪਰ ਹਾਜ਼ਰੀ ਜ਼ਰੂਰੀ ਹੈ ਸੰਗਤਾਂ ਦੇ ਵਿੱਚ ਕਿਉਂਕਿ ਸੰਗਤਾਂ ਦਾ ਜਿਹੜਾ ਪ੍ਰੇਮ ਹੈ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਵੀ ਲੀਡਰ ਦਾ ਗਵਾਜ ਨਿਕਲਦੇ ਨੇ ਹੁਣ ਦੇਖੋ ਜਿੰਨੀ ਜਿੰਨਾ ਪ੍ਰੇਮ ਤੁਸੀਂ ਦਿੱਤਾ ਹੈ ਜਾਂ ਜਿੰਨਾ ਪ੍ਰੇਮ ਸੰਗਤਾਂ ਦੇ ਰਹੀਆਂ ਜੇ ਉਸ ਤੋਂ ਬਾਅਦ ਵੀ ਅਸੀਂ ਦਗਾ ਕਰੀਏ ਤੇ ਕਸੂਰ ਕੇਵਲ ਸਾਡੇ ਚ ਹੈ ਤੁਹਾਡੇ ਚ ਕੋਈ ਕਸੂਰ ਨਹੀਂ ਸੋ ਅੱਜ ਮੈਂ ਜਿਹੜੀ ਗੱਲ ਦੀ ਸ਼ੁਰੂਆਤ ਕਰਨੀ ਹੈ ਜਿਹੜਾ ਮਸਲਾ ਮੀਡੀਆ ਤੇ ਤੁਸੀਂ ਭਾਖਿਆ ਸੁਣ ਲਿਆ ਹੋਣਾ ਵੀ ਅਮਰਤਪਾਲ ਸਿੰਘ ਨੇ ਜੀ ਕਿਸੇ ਦੇ ਪਗੰਬਰ ਦੇ ਖਿਲਾਫ ਕੁਝ ਬੋਲਿਆ ਦੇਖੋ ਮੈਂ ਤੇ ਜਵਾਬ ਦਿੱਤੇ ਨੇ ਜੇ ਕੋਈ ਸਾਡੇ ਗੁਰੂ ਤੇ ਟਿੱਪਣੀ ਕਰੂਗਾ ਤੇ ਅਸੀਂ ਫੇ ਸੱਚ ਬੋਲਾਂਗੇ ਸੱਚ ਕੋੜਾ ਹੁੰਦਾ ਹੈ ਸੱਚ ਤੱਤਾ ਵੀ ਹੁੰਦਾ ਕੋੜਾ ਵੀ ਹੁੰਦਾ ਤੇ ਕਈਆਂ ਨੂੰ ਸੱਚ ਪੱਚਦਾ ਨਹੀਂ ਸਵਾਲ ਕੀਤਾ ਕਿਸੇ ਨੇ ਵੀ ਸਾਡਾ ਪਗੰਬਰ ਤਿੰਨਾਂ ਦਿਨਾਂ ਬਾਅਦ ਮਰ ਕੇ ਜਿਉਂਦਾ ਹੋ ਗਿਆ ਤੁਹਾਡਾ ਕਿਹੜਾ ਗੁਰੂ ਜੀ ਹੁੰਦਾ ਹੋਇਆ ਮਰ ਕੇ ਉਹਨਾਂ ਨੂੰ ਸਿੱਖੀ ਦੀ ਥੋੜੀ ਬੋਧੀ ਵੀ ਜਾਣਕਾਰੀ ਹੁੰਦੀ ਵੀ ਗੁਰੂ ਅਕਾਲ ਰੂਪ ਹੈ ਗੁਰੂ ਜਨਮ ਮਰਨ ਦੇ ਗੇੜ ਤੋਂ ਬਾਹਰ ਹੈ ਕਦੀ ਸੁਣਿਆ ਗੁਰੂ ਦਾ ਜਨਮ ਦਿਹਾੜਾ ਗੁਰੂ ਦਾ ਪ੍ਰਕਾਸ਼ ਦਿਹਾੜਾ ਹੁੰਦਾ ਪ੍ਰਕਾਸ਼ ਕਹਦਾ ਹੁੰਦਾ ਜਿਹੜਾ ਪਹਿਲਾਂ ਹੀ ਸੰਸਾਰ ਤੇ ਮੌਜੂਦ ਹੋਵੇ ਕੇਵਲ ਪ੍ਰਗਟ ਹੋ ਜਾਵੇ ਖਾਲਸਾ ਵੀ ਪ੍ਰਗਟ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੀ ਵਰਤਿਆ ਜਾਂਦਾ ਹੈ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੋ ਗੁਰੂ ਦਾ ਜਨਮ ਨਹੀਂ ਹੁੰਦਾ ਜਿਹਦਾ ਜਨਮ ਨਹੀਂ ਹੁੰਦਾ ਉਹਨੂੰ ਮਾਰ ਕੌਣ ਸਕਦਾ ਸੋ ਜਿਹੜਾ ਗੁਰੂ ਪ੍ਰਗਟ ਹੋਇਆ ਤੇ ਜੇ ਕੋ ਅੱਜ ਪੁੱਛਦਾ ਹੈ ਤਾਂ ਉਹਨਾਂ ਨੂੰ ਮੈਂ ਜਵਾਬ ਦਿਨਾ ਹੈ ਵੀ ਤੁਸੀਂ ਆਪਣਾ ਪਗੰਬਰ ਦਿਖਾਓ ਕਿੱਥੇ ਆ ਸਾਡਾ ਗੁਰੂ ਅੱਜ ਵੀ ਸਾਡੇ ਚ ਬਰਾਜਮਾਨ ਹੈ ਇਹ ਤਖਤ ਤੇ ਬੈਠਾ ਹੈ ਸਾਡਾ ਗੁਰੂ ਅੱਜ ਵੀ ਮਾਲਕ ਹੈ ਦੋ ਜਹਾਨ ਦਾ ਵਾਲੀ ਹੈ ਤੋ ਐਸ ਕਰਕੇ ਜੇ ਸਿੱਖਾਂ ਨੂੰ ਕੋ ਇਹੋ ਜਿਹੇ ਸਵਾਲ ਪੁੱਛਣ ਦੀ ਯੁਰਤ ਰੱਖਦੇ ਜੋ ਤੇ ਫਿਰ ਸਾਡੇ ਸਵਾਲ ਜਿਹੜਾ ਜਵਾਬ ਅਸੀਂ ਦੇਣੇ ਆ ਉਹ ਸੁਣਨ ਦਾ ਮਾਦਾ ਵੀ ਰੱਖਿਆ ਕਰੋ ਕਿਉਂਕਿ ਜਦੋਂ ਅਸੀਂ ਜਵਾਬ ਦਿੰਨੇ ਆ ਫਿਰ ਤੁਸੀਂ ਪਰਚੇ ਕਰਾਉਣੇ ਤੁਰ ਪੈਂਦੇ ਜੋ ਤੇ ਪਰਚਿਆਂ ਦੇ ਮਤਲਕ ਮੈਂ ਇੱਕ ਗੱਲ ਕਹਿ ਦਿਆਂ ਅਸੀਂ ਨਾਂ ਤੇ ਪਰਚਿਆਂ ਤੋਂ ਡਰਦੇ ਆ ਤੇ ਨਾਂ ਹਕੂਮਤਾਂ ਤੋਂ ਡਰਦੇ ਆ ਜੇ ਸੱਚ ਬੋਲਣ ਲਈ ਪਰਚੇ ਹੁੰਦੇ ਆ ਤੇ ਉਹ ਵੀ ਹੱਸ ਕੇ ਜਰਾਂਗੇ ਜੇ ਸੱਚ ਬੋਲਣ ਲਈ ਬੰਦ-ਬੰਦ ਕੱਟਿਆ ਜਾਂਦਾ ਉਹ ਵੀ ਕਟਾਵਾਂਗੇ ਸੱਚ ਬੋਲਣ ਦੀ ਜੇ ਫਾਇਟ ਟੰਗਣਾ ਤੇ ਉਹ ਵੀ ਟੰਗ ਦਿਓ ਇਹ ਕੋ ਪਹਿਲੀ ਾਰ ਸਿੱਖਾਣਾ ਨਹੀਂ ਹੋ ਰਿਹਾ ਸਮੇ ਸਮੇ ਦੀ ਹਕੂਮਤ ਨੇ ਸੱਚ ਬੋਲਣ ਵਾਲੇ ਲੋਕਾਂ ਨੇ ਕੁਝ ਕੀਤਾ ਸੋ ਮੇਰੀ ਉਹਨਾਂ ਧਰਾਂ ਨੂੰ ਬੇਨਤੀ ਆ ਜਿਹੜੇ ਸਹਿਰਦ ਬੰਦੇ ਨੇ ਕੁਝ ਅਸਾਈਆਂ ਦੇ ਵੀ ਆਪਣੇ ਬੰਦਿਆਂ ਨੂੰ ਨੱਥ ਪਾਓ ਜੇ ਤੁਸੀਂ ਨੱਥ ਨਹੀਂ ਪਾਉਂਦੇ ਜੇ ਉਹ ਤੁਹਾਡੀ ਨਹੀਂ ਸੁਣਦੇ ਫਿਰ ਸਾਨੂੰ ਦੱਸ ਦਿਓ ਅਸੀਂ ਪਾਲਵਾਂਗੇ ਪਰ ਇਹ ਗੱਲਾਂ ਬਾਰ ਬਾਰ ਨਾ ਕਹੋ ਵੀ ਜੇ ਤੁਸੀਂ ਸਾਡੇ ਗੁਰੂਆਂ ਨੂੰ ਸ਼ੈਤਾਨ ਆਖਣਾ ਹੈ ਗੁਰੂਆਂ ਦੀ ਬਾਣੀ ਨੂੰ ਸ਼ੈਤਾਨ ਦੀ ਬਾਣੀ ਆਖਣਾ ਤੇ ਗੁਰੂ ਘਰ ਦੇ ਪ੍ਰਸ਼ਾਦ ਨੂੰ ਸਿੱਖਾਂ ਨੂੰ ਇਹ ਕਹਿ ਕੇ ਲੈਣ ਤੋਂ ਰੋਕਣਾ ਹੈ ਕਿ ਇਹ ਸ਼ੈਤਾਨ ਦਾ ਪ੍ਰਸ਼ਾਦ ਇਹਨੂੰ ਭੋਗ ਲੱਗਾ ਹੈ ਤੁਸੀਂ ਇਹ ਨਹੀਂ ਛਕਣਾ ਲੰਗਰ ਨਹੀਂ ਛਕਣਾ ਤੇ ਫਿਰ ਜਿਹੜੇ ਸਾਡੇ ਜਵਾਬ ਨਹੀਂ ਫਿਰ ਅਸੀਂ ਪਰਤਾਂ ਖੋਲਾਂਗੇ ਤੁਹਾਨੂੰ ਚੰਗੀਆਂ ਨਹੀਂ ਲੱਗੜੀਆਂ ਸਾਨੂੰ ਵੀ ਚੰਗਾ ਨਹੀਂ ਲੱਗਦਾ ਖਲਾਰਾ ਪਾਉਣਾ ਪਰ ਸਾਡੀ ਮਜਬੂਰੀ ਬਣ ਜਾਂਦੀ ਹੈ ਗੁਰੂ ਦਾ ਨਰਾਦਰ ਅਸੀਂ ਸੁਣ ਕੇ ਜਰ ਨਹੀਂ ਸਕਦੇ ਕੋਈ ਜਰ ਜਾਂਦਾ ਹੋਵੇ ਉਹਦੀ ਮੁਸ਼ਕਲ ਹੈ ਸਾਡੇ ਕੋਲ ਇਹ ਔਖਾ ਹੈ ਨੌਜਵਾਨਾਂ ਨੂੰ ਕੌਮ ਦੇ ਉੱਤੇ ਬਹੁਤ ਭਾਰੀ ਵਿਪਤਾ ਪਈ ਹੈ ਤੇ ਪੈਣ ਵਾਲੀ ਹੈ ਸਮੇ ਦੇ ਨਾਲ ਇਹ ਵਿਵਪਤਾ ਹੋਰ ਗੰਬੀਰ ਹੋਣੀ ਹੈ ਸਮੇ ਦੇ ਨਾਲ ਸਾਡੇ ਤੇ ਹਕੂਮਤ ਦਾ ਤਸ਼ੱਦਦ ਵਧਣਾ ਹੈ ਸਮੇ ਦੇ ਨਾਲ ਸਾਡੀ ਪ੍ਰੀਖਿਆ ਜਿਹੜੀ ਹੈ ਮਹਾਰਾਜ ਹੀ ਲੈ ਰਹੇ ਨੇ ਪ੍ਰੀਖਿਆ ਹੋਰ ਕੋਈ ਨਹੀਂ ਲੈ ਸਕਦਾ ਪਰ ਪ੍ਰੀਖਿਆ ਮਹਾਰਾਜ ਇਸ ਕਰਕੇ ਲੈ ਰਹੇ ਨੇ ਗੁਰੂ ਸਾਹਿਬ ਦਾ ਬਚਨ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਏ ਬੇਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਜਦੋਂ ਅਸੀਂ ਬੇਪਰ ਦੀ ਰੀਤ ਤੁਰੇ ਆਂ ਸਤਗੁਰ ਸੱਚੇ ਪਾਤਸ਼ਾਹ ਨੇ ਪਿੱਠ ਕਰ ਲਈਏ ਸਾਡੇ ਵੱਲ ਮੁਖ ਫੇਰ ਲਿਆ ਹੈ ਉਦੋਂ ਤੋਂ ਖਵਾਰੀ ਚੱਲਣ ਡਿਆ ਸੋ ਜਿਹੜੀ ਖਵਾਰੀ ਹੈ ਇਹ ਦੂਰ ਕਿਵੇਂ ਹੋਣੀ ਹੈ ਪ੍ਰੀਖਿਆ ਝੁਲੰਕੇ ਪ੍ਰੀਖਿਆ ਬਹੁਤ ਸਖਤ ਹੈ ਇੱਥੇ ਸਾਨੂੰ ਤਸ਼ੱਦਦ ਵਿੱਚ ਚੱਲਣੇ ਪੈਣੇ ਨੇ ਜੇਲਾ ਵਿੱਚ ਚੱਲਣੀਆਂ ਪੈਣੀਆਂ ਨੇ ਸਾਡੇ ਮੁਕਾਬਲੇ ਵੀ ਬਣ ਸਕਦੇ ਨੇ ਸਾਨੂੰ ਸਾਡਾ ਬੰਦਬੰਦ ਵੀ ਕੱਟਿਆ ਜਾ ਸਕਦਾ ਹੈ ਸਾਡੇ ਨਾਲ ਬਹੁਤ ਕੁਝ ਹੋਣਾ ਪਰ ਇਹ ਪ੍ਰੀਖਿਆ ਜੇ ਅਸੀਂ ਧਰਮ ਦੇ ਲੜ ਲਾ ਕੇ ਗੁਰੂ ਦੇ ਲੜ ਲਾ ਕੇ ਜੇ ਇਸ ਕਠਨ ਪ੍ਰੀਖਿਆ ਦੇ ਵਿੱਚ ਵੀ ਅਸੀਂ ਗੁਰੂ ਦੇ ਲੜ ਲੱਗੇ ਰਹੇ ਤਾਂ ਹੀ ਖਾਲਸੇ ਦਾ ਰਾਜ ਹੋਣਾ ਹੈ ਤਾਹੀਂ ਗੁਰੂ ਨੇ ਜਿਹੜੀ ਨਿਗਾਹ ਸੁਵੱਲੀ ਕਰਨੀ ਹੈ ਫਿਰ ਉਹਨੇ ਗੁਰੂ ਨੇ ਜਿਹੜਾ ਉਹ ਬਚਨ ਹੈ ਖਾਲਸਾ ਮੇਰਾ ਰੂਪ ਹੈ ਖਾਸ ਉਹ ਜਿਹੜਾ ਪ੍ਰਤੱਖ ਸ਼ਕਤੀ ਖਾਲਸੇ ਨੂੰ ਬਖਸ਼ਣੀ ਹੈ ਸੋ ਮੇਰੀ ਇਹ ਬੇਨਤੀ ਹੈ ਵੀ ਆਪਾਂ ਗੁਰੂ ਦਾ ਹੁਕਮ ਜਿਹੜਾ ਉਹ ਮੰਨੀਏ ਅਸੀਂ ਮੋੜ-ਮੋੜ ਕਹਿੰਨੇ ਆ ਸਾਰੇ ਕਹੀ ਜਾਂਦੇ ਨੇ ਸਾਰੇ ਕਹਿੰਦੇ ਵੀ ਅਸੀਂ ਮੰਨਦੇ ਆ ਗੁਰੂ ਸਾਡਾ ਪ੍ਰਗਟ ਗੁਰਾਂ ਕੀ ਦੇਹ ਹੈ ਪਰ ਜੇ ਗੁਰੂ ਪ੍ਰਗਟ ਗੁਰਾਂ ਕੀ ਦੇਹ ਹੈ ਤੇ ਨੌਜਵਾਨੋ ਗੁਰੂ ਦਾ ਪਹਿਰਾ ਲਾਉਣਾ ਸਿੱਖੋ ਗੁਰੂ ਦੇ ਚਾਕਰ ਬਣਨਾ ਹੈ ਅਸੀਂ ਗੁਰੂ ਦੇ ਦਰ ਦੇ ਕੂਕਰ ਬਣਨਾ ਹੈ ਜਿਹੜਾ ਕੂਕਰ ਹੈ ਜਿਹੜਾ ਕੁੱਤਾ ਹੈ ਉਹਦੀ ਇੱਕ ਬੜੀ ਖਾਸੀਅਤ ਹੈ ਵੀ ਉਹਨੂੰ ਰੋਟੀ ਵੀ ਨਾ ਮਿਲੇ ਤਾਂ ਵੀ ਮਾਲਕ ਦਾ ਵਫਾਦਾਰ ਰਹਿੰਦਾ ਹੈ ਉਹ ਭੁੱਖਾ ਮਰ ਜਾਵੇ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਤੇ ਸਾਨੂੰ ਮੜ ਜੀ ਤੰਗੀ ਆਵੇ ਥੋੜੀ ਜੀ ਤੇ ਅਸੀਂ ਚੱਕ ਕੇ ਕਦੀ ਕਿਸੇ ਪਾਸਟਰਲ ਕਦੀ ਕਿਸੇ ਦੇ ਦੇ ਧਾਰੀ ਡੇਰੇਦਾਰ ਹਲ ਕਦੀ ਕਿਸੇ ਪਖੰਡੀ ਸਾਧਵਲ ਤੁਰ ਪੈਨੇ ਆ ਕਦੀ ਕਿਸੇ ਨੂੰ ਮੱਥਾ ਟੇਕਣ ਤੁਰ ਪੈਨੇ ਕਦੀ ਕਿਸੇ ਨੂੰ ਤੁਰ ਪੈਨੇ ਆ ਸੋ ਅਸੀਂ ਆਪਣੀ ਬਿਰਤੀ ਉਸ ਕੂਕਰ ਵਰਗੀ ਬਣਾਉਣੀ ਹੈ ਜਿੰਨੂੰ ਰੋਟੀ ਨਾ ਮਿਲੇ ਜਿਹੜਾ ਭੁੱਖਾ ਮਰ ਜਾਵੇ ਪਰ ਕਦੀ ਉਹਦੇ ਮਨ ਦੇ ਵਿੱਚ ਖਿਆਲ ਨਾ ਆਵੇ ਰੰਝਾ ਮਾਤਰੀ ਵੀ ਕਿ ਮੈਂ ਆਪਣੇ ਗੁਰੂ ਨੂੰ ਪੇਠ ਖਾ ਕੇ ਕਿਸੇ ਹੋਰ ਜਾਵਾਂ ਸੋ ਗੁਰੂ ਦਾ ਹੁਕਮ ਕੀ ਹੈ ਗੁਰੂ ਦਾ ਹੁਕਮ ਇਹ ਹੈ ਕਿ ਖੰਡੇਦਾਰ ਜਿਹੜਾ ਅੰਮ੍ਰਿਤ ਹੈ ਖੰਡੇ ਬਾਟੇ ਦਾ ਅੰਮ੍ਰਿਤ ਹੈ ਉਹ ਸ਼ੱਕ ਕੇ ਤਿਆਰ ਬਰ ਤਿਆਰ ਹੋਣਾ ਹੈ ਦੇਖੋ ਜੇ ਕੋ ਪ੍ਰੀਖਿਆ ਦੇਣੀ ਹੈ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਕਿ ਨਹੀਂ ਕਰਨੀ ਪੈਂਦੀ ਜੇ ਕਰਨੀ ਪੈਂਦੀ ਹੈ ਤੇ ਫਿਰ ਅਸੀਂ ਕਿਹੜੇ ਇੰਤਜ਼ਾਰ ਚ ਬੈਠੇ ਹਾਂ ਜੇ ਗੁਰੂ ਦਾ ਹੁਕਮ ਹੈ ਵੀ ਖੰਡੇਦਾਰ ਅਮਰਤ ਚ ਠਾਕ ਕੇ ਤਿਆਰ ਵਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਬਾਣੀ ਬਾਣੇ ਦੇ ਧਾਰਨੀ ਬਣ ਕੇ ਤਿਆਰ ਵਰ ਤਿਆਰ ਰਹਿਣਾ ਕੋਈ ਐਸਾ ਸਮਾਂ ਆਵੇ ਕਿਉਂਕਿ ਅਮਰਤ ਨੇ ਮੌਤ ਦਾ ਭੈਅ ਤੇ ਅੰਦਰੋਂ ਕੱਢ ਦੇਣਾ ਹੈ ਅਮਰਤ ਦਾ ਅਰਥ ਹੀ ਆਮ੍ਰਿਤ ਹੈ ਜਿਹੜਾ ਮ੍ਰਿਤ ਹੈ ਮੁਰਦਾ ਹੈ ਤੇ ਆਮ੍ਰਿਤ ਦਾ ਅਰਥ ਬਣ ਜਾਂਦਾ ਹੈ ਵੀ ਮੌਤ ਦੇ ਭੈਅ ਤੋਂ ਕੋਈ ਮੁਕਤ ਹੋ ਗਿਆ ਸੋ ਜਦੋਂ ਮੌਤ ਦਾ ਭੈਅ ਤੋਂ ਮੁਕਤ ਹੋ ਗਿਆ ਇਹ ਨਹੀਂ ਕਈ ਕਹਿੰਦੇ ਤੁਸੀਂ ਨੌਜਵਾਨ ਮਰਾ ਦੇਣੇ ਜੀ ਮੈਂ ਕੋ ਹੱਥ ਚ ਦਾਤਰ ਫੜਿਆ ਮੈਂ ਟੋਣਾ ਲੰਦਾ ਫਿਰਦਾ ਮੈਂ ਸਿੱਧੀ ਗੱਲ ਕਹੀ ਹੈ ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ ਬਾਣੀ ਦਾ ਬਚਨ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਹੋ ਸਭਨਾ ਕੀ ਰੇਨਕਾ ਤੋ ਆਹ ਹਮਾਰੇ ਪਾਸ ਇਹ ਦੱਸੋ ਕਿੰਨੇ ਕਿਹਾ ਮੌਤ ਦੇ ਭੈ ਤੋਂ ਮੁਕਤ ਹੋ ਮੈਂ ਤੇ ਨਹੀਂ ਕਿਹਾ ਗੁਰੂ ਦਾ ਹੁਕਮ ਹੈ ਗੁਰੂ ਸਾਹਿਬ ਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤੜੀ ਗਲੀ ਮੇਰੀ ਆਓ ਸੋ ਜੇ ਗੁਰੂ ਦਾ ਹੁਕਮ ਹੈ ਕਿ ਮੌਤ ਦੇ ਭੈ ਤੋਂ ਮੁਕਤ ਹੋਣਾ ਹੈ ਤੇ ਜੇ ਕੋਈ ਸੰਘਰਸ਼ ਲੜਨ ਵਾਲਾ ਮਨੁੱਖ ਹੈ ਜੇ ਕਿਸੇ ਨੇ ਵੀ ਸੰਘਰਸ਼ ਲੜਨਾ ਹੈ ਜੇ ਉਹਦੇ ਅੰਦਰ ਕਿਸੇ ਕਿਸਮ ਦਾ ਭੈ ਹੈ ਉਹ ਕਿਵੇਂ ਸੰਘਰਸ਼ ਲੜੂਗਾ ਤਾਨੂੰ ਜੀਵਨ ਦੇ ਵਿੱਚ ਸਾਨੂੰ ਭੈ ਤੋਂ ਮੁਕਤ ਹੋਣਾ ਸਭ ਤੋਂ ਜ਼ਰੂਰੀ ਹੈ ਜੇ ਭੈ ਤੋਂ ਮੁਕਤ ਹੋਏ ਕੱਲ ਨੂੰ ਕੌਮ ਦੇ ਲਈ ਸਿਰ ਵਾਰਨਾ ਪਿਆ ਤਾਂ ਹੀ ਵਾਰ ਸਕਾਂਗੇ ਤੇ ਜੇ ਮਨ ਚ ਕੋਈ ਭੈ ਹੋਇਆ ਜੇ ਮਨ ਚ ਕੋਈ ਸ਼ੰਕਾ ਹੋਇਆ ਜੇ ਮਨ ਚ ਗੁਰੂ ਦਾ ਹੁਕਮ ਨਾ ਮੰਨਣ ਦਾ ਕੋਈ ਸ਼ੰਕਾ ਹੋਇਆ ਤੇ ਫਿਰ ਤੁਸੀਂ ਦੇਖਿਓ ਵੀ ਅਸੀਂ ਮੌਕੇ ਦੇ ਉੱਤੇ ਡੋਲ ਜਣਾ ਗੁਰੂ ਸਾਹਿਬ ਅੱਗੇ ਅਰਦਾਸ ਇਹ ਹੋਣੀ ਚਾਹੀਦੀ ਹੈ ਵੀ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਰ ਡੋਲਣ ਤੇ ਸਤਿਗੁਰ ਸੱਚੇ ਪਾਸ਼ਾ ਨੇ ਉਹਨੂੰ ਰੱਖਣਾ ਹੈ ਜਿਹੜਾ ਉਹਦੇ ਹੁਕਮ ਚ ਚੱਲਦਾ ਹੈ ਹਉਕਮਤੋ ਬਾਹਰੀ ਜਿਹੜਾ ਉਹਦੇ ਤੋਂ ਹੁੰਦਾ ਹੈ ਉਹਦੀ ਤਬਾਈ ਤੈ ਹੈ ਸੋ ਨੌਜਵਾਨੋ ਗੁਰੂ ਦਾ ਹੁਕਮ ਹੈ ਕੇਸਾਂ ਦੀ ਇੰਨੀ ਮਤਦਾ ਹੈ ਕੇਸਾਂ ਦੀ ਮਤਦਾ ਦੇ ਉੱਤੇ ਅੱਗੇ ਮੈਂ ਅੱਜ ਵੀ ਬੋਲ ਕੇ ਆਇਆ ਸੀ ਮੈਂ ਦੁਬਾਰਾ ਸੁਣਾ ਦਿੰਦਾ ਵੀ ਜਦੋਂ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਸੈਂਕੜੇ ਸਿੱਖ ਜਿਹੜੇ ਸੀ ਉਹ ਮੈਦਾਨੇ ਜੰਗ ਦੇ ਵਿੱਚ ਸ਼ਹੀਦੀਆਂ ਪਾ ਕੇ ਤੇ ਸੌਂਗੇ ਉਹਨਾਂ ਦੀਆਂ ਲੋਥਾਂ ਵਜਾਂਦੇ ਜੰਗ 'ਚ ਪਈਆਂ ਸੀ ਸਤਗੁਰ ਸੱਚੇ ਪਾਤਸ਼ਾਹ ਕਿਲੇ ਤੋਂ ਬਾਹਰ ਨਿਕਲੇ ਤੇ ਆਪਣਾ ਜੋੜਾ ਉੱਥੇ ਹੀ ਛੱਡ ਦਿੱਤਾ ਭਾਈ ਦਇਆ ਸਿੰਘ ਪਿਆਰੇ ਭਾਈ ਦਇਆ ਸਿੰਘ ਨੇ ਕਿਹਾ ਵੀ ਸਤਿਗੁਰ ਸੱਚੇ ਪਾਸ਼ਾ ਮੈਦਾਨੇ ਜੰਗ ਚ ਤੇਗਾ ਪਈਆਂ ਨੇ ਤਖੀਆਂ ਤੇਗਾ ਨੂੰ ਜ਼ਹਿਰ ਦੀ ਪਾਣ ਚੜੀ ਐ ਕੰਡਿਆਣਾ ਰਾਹ ਐ ਵਿਖੜਾ ਪਿੰਡਾ ਐ ਕਿਰਪਾ ਕਰਕੇ ਜੋੜਾ ਪੈ ਲੋ ਪੈਰ ਚ ਕੁਛ ਵੱਜ ਜੂ ਗੁਰੂ ਸਾਹਿਬ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਕਲਗੀਧਰ ਪਾਸ਼ਾ ਵੀ ਦਇਆ ਸਿੰਘ ਜੀ ਇਹ ਜਿਹੜੇ ਸਿੱਖ ਸੁੱਤੇ ਪਏ ਨੇ ਜਿਨ੍ਹਾਂ ਸ਼ਹਾਤਾਂ ਦਿੱਤੀਆਂ ਨੇ ਧਰਮ ਦੀ ਖਾਤਰ ਕਿਸੇ ਦੇ ਕੇਸ ਖੁੱਲੇ ਨੇ ਕਿਸੇ ਦਾ ਸ਼ਸਤਰ ਪਿਆ ਹੈ ਜੇ ਕਿਤੇ ਮੇਰਾ ਜੋੜਾ ਕਿਸੇ ਦੇ ਕੇਸਾਂ ਨੂੰ ਲੱਗ ਗਿਆ ਕਿਸੇ ਦੇ ਸ਼ਸਤਰਾਂ ਨੂੰ ਲੱਗ ਗਿਆ ਤੇ ਮੈਂ ਕਿੱਥੇ ਲੇਖਾ ਦੇਊਂਗਾ ਸੋ ਅਕਾਲਪੁਰਖ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਉਹ ਕਿਸਾਂ ਦਾ ਇੰਨਾ ਸਤਕਾਰ ਕਰਦੇ ਨੇ ਤੇ ਅਸੀਂ ਜਾ ਕੇ ਨਾਈ ਦੇ ਅੱਗੇ ਬੈਠ ਜੰਨੇ ਆ ਤੇ ਉਹ ਆਪਣੀਆਂ ਕੈਂਚੀਆਂ ਦੇ ਮਸ਼ੀਨਾ ਕਿਸਾਂ ਦੇ ਚਲਾਉਂਦਾ ਹੈ ਤੇ ਜਦੋਂ ਉਹ ਚਲਾਉਂਦਾ ਤੁਸੀਂ ਇਹ ਸੋਚੋ ਵੀ ਉਸ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਆਪਣੇ ਜੋੜੇ ਲਾ ਕੇ ਤੇ ਨੰਗੇ ਪੈਰ ਮਾਚੀਵੜ ਦੇ ਜੰਗਲਾਂ ਨੂੰ ਜਾ ਤੁਰੇ ਸੀ ਉਹਨਾਂ ਦੇ ਉੱਤੇ ਇਹ ਕੀ ਮਹਿਸੂਸ ਕਰਦੇ ਹੋਣਗੇ ਵੀ ਜਿਨ੍ਹਾਂ ਸਿੱਖਾਂ ਨੂੰ ਮੈਂ ਇਹ ਗੱਲ ਕਹੀ ਹੈ ਖਾਲਸਾ ਮੇਰਾ ਰੂਪ ਹੈ ਖਾਸ ਜਿਨ੍ਹਾਂ ਨੂੰ ਕਹੀ ਹੈ ਇਹਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁਦਚਾਰ ਚਾਰ ਮੋਇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਹਨਾਂ ਸਿੱਖਾਂ ਦੇ ਚਿਹਰੇ ਮੋਰੇ ਵੇਖ ਕੇ ਗੁਰੂ ਸਾਹਿਬੇ ਕੀ ਸੋਚਦੇ ਹੋਣਗੇ ਪਰ ਗੁਰੂ ਨੂੰ ਕਿਸੇ ਗੱਲ ਦਾ ਘਾਟਾ ਨਹੀਂ ਖਵਾਰੀ ਸਾਨੂੰ ਚੱਲਣੀ ਪੈਣੀ ਹੈ ਗੁਰੂ ਲੱਖਾਂ ਖਾਲਸੇ ਪੈਦਾ ਕਰਨ ਦੇ ਸਮਰੱਥ ਹੈ ਲੱਖਾਂ ਖਾਲਸੇ ਖਤਮ ਕਰਨ ਦੇ ਸਮਰੱਥ ਹੈ ਪਰ ਜੇ ਅਸੀਂ ਉਹਨੂੰ ਪਿਆਰੇ ਲੱਗਦੇ ਹਾਂ ਤੇ ਪਿਆਰੇ ਰਹਿਤ ਕਰਕੇ ਲੱਗਦੇ ਹਾਂ ਕੇਵਲ ਸਿੱਖ ਹੋਣ ਕਰਕੇ ਕੋ ਪਿਆਰੇ ਨਹੀਂ ਸਿੱਖਾਂ ਦੇ ਘਰ ਜੰਮ ਕੇ ਪੈਰਾ ਨਹੀਂ ਬਣਿਆ ਜਾ ਸਕਦਾ ਸਿੱਖਾਂ ਦੇ ਘਰ ਜਮਣਾ ਬੜੇ ਸੁਭਾਗ ਦੀ ਗੱਲ ਹੈ ਸਿੱਖਾਂ ਦੇ ਘਰ ਜਮ ਕੇ ਗੁਰੂ ਦਾ ਪਿਆਰਾ ਤਾਂ ਬਣਿਆ ਜਾ ਸਕਦਾ ਜੇ ਗੁਰੂ ਦੇ ਹੁਕਮ ਚ ਚੱਲੀਏ ਜਿੱਦਣ ਗੁਰੂ ਦੇ ਹੁਕਮ ਚ ਚੱਲਣਾ ਸਿੱਖ ਗਏ ਉਸ ਤੋਂ ਬਾਅਦ ਦੁਨੀਆ ਦੀ ਕੋਈ ਤਾਕਤ ਅਦਲੀ ਹਕੂਮਤ ਛੱਡੋ ਸੰਸਾਰ ਦੀ ਕੋਈ ਤਾਕਤ ਬ੍ਰਹਮੰਡ ਬ੍ਰਹਮੰਡ ਦੀਆਂ ਫੌਜਾਂ ਕਠੀਆਂ ਹੋ ਕੇ ਆ ਜਣ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਸਕਦੀਆਂ ਪਰ ਜੇ ਗੁਰੂ ਦੇ ਹੁਕਮਾਂ ਤੋਂ ਆਕੀ ਹੋ ਗਿਆ ਗੁਰੂ ਦੇ ਹੁਕਮਾਂ ਤੋਂ ਬਾਗੀ ਹੋ ਕੇ ਤੁਰਨਾ ਸ਼ੁਰੂ ਕੀਤਾ ਤੇ ਆਪ ਹੀ ਮਰ ਜਾਵਾਂਗੇ ਕਿਸੇ ਦੇ ਮਾਰਨ ਦੀ ਲੋੜ ਨਹੀਂ ਮਰ ਰਹੇ ਆ ਨਾ ਨਸ਼ਿਆਂ ਦੇ ਨਾਲ ਕਿਹੜੇ ਕਿਹੜੇ ਨੌਜਵਾਨ ਨਿਕੰਦਾ ਜਿੱਡੇ ਜਿਹੜੇ ਨਿਕੇ ਜੀ 나ੜ ਚ ਸੋਈ ਲੱਗੀ ਹੁੰਦੀ ਹੈ ਮਰ ਜਾਂਦੇ ਨੇ ਕਿਉਂ ਮਰਦੇ ਆ ਕਿਉਂਕਿ ਗੁਰੂ ਦੇ ਹੁਕਮਾਂ ਤੋਂ ਆਕੀ ਹੋਏ ਆ ਸੋ ਇੰਨੀਆਂ ਕ ਬੇਨਤੀਆਂ ਮੈਂ ਕਰਨੀਆਂ ਸੀ ਅੱਗੇ ਸਾਡਾ ਸਮਾਗਮ ਹੈ ਇੱਕ ਬੇਨਤੀ ਮੈਂ ਹੋਰ ਕਰਨੀ ਹੈ ਬੀਬੀਆਂ ਭੈਣਾਂ ਨੂੰ ਦੇਖੋ ਤੁਹਾਡੇ ਮਨ ਚ ਮੇਰੇ ਲਈ ਬਹੁਤ ਸਤਿਕਾਰ ਹੈ ਸ਼ਰਧਾ ਹੈ ਨੌਜਵਾਨਾਂ ਦੇ ਮਨ ਦੇ ਵਿੱਚ ਵੀ ਪਰ ਮੈਂ ਬੇਨਤੀ ਬੜੀ ਨਿਮਰਤਾ ਸਹਿਤ ਤੁਹਾਡੇ ਸਤਿਕਾਰ ਨੂੰ ਮੱਦੇਨਜ਼ਰ ਰੱਖਦਿਆਂ ਕਰ ਰਿਹਾ ਕਿਰਪਾ ਕਰਕੇ ਮੇਰੇ ਪੈਰੀਂ ਹੱਥ ਲਾਉਣਾ ਜਦ ਮੇਰੇ ਅੱਗੇ ਝੁੱਕ ਕੇ ਮੱਥਾ ਟੇਕਣਾ ਇਹ ਕੰਮ ਬਿਲਕੁਲ ਨਾ ਕਰੋ ਇਹ ਪਖੰਡ ਹੈ ਕਿਉਂਕਿ ਗੁਰੂ ਤੋਂ ਬਿਨਾ ਕਿਸੇ ਅੱਗੇ ਝੁਗਣਾ ਗੁਰਸਿੱਖ ਦਾ ਫਰਜ਼ ਨਹੀਂ ਸਿੱਖਦਾ ਫਰਜ਼ ਨਹੀਂ ਤੇ ਮੈਂ ਕੋਈ ਅਸੀ ਹਸਤੀ ਨਹੀਂ ਹੈਗਾ ਜੀ ਨੂੰ ਤੁਸੀਂ ਮੱਥੇ ਟੇਕਦੇ ਫਿਰੋ ਇਹ ਮੱਥੇ ਟੇਕ ਟੇਕ ਆਪਾਂ ਬੜੇ ਬੰਦੇ ਭੂਏ ਚੜਾਏ ਆ ਦੂਰੋਂ ਫਤਿਹ ਬੁਲਾਉਣੀ ਹੈ ਹੱਥ ਖੜੇ ਹੱਥ ਬਿਜੋੜ ਕੇ ਫਤਿਹ ਬੁਲਾਉਣੀ ਹੈ ਉਹੋ ਹੀ ਮਰਿਆਦਾ ਹੈ ਕਿੱਡਾ ਵੀ ਕੋਈ ਮਹਾਪੁਰਖ ਹੋਵੇ ਉਹਨੂੰ ਹੱਥ ਜੋੜ ਕੇ ਫਤਿਹ ਬੁਲਾਉਣੀ ਹੈ ਸੰਤ ਕਰਤਾਰ ਸਿੰਘ ਜੀ ਕਹਿੰਦੇ ਸੀ ਜੇ ਕੋਈ ਮਹਾਪੁਰਖ ਫਤਿਹ ਤੋਂ ਵੱਧ ਲੋਚਦਾ ਹੈ ਕੁਛ ਕਿੱਡਾ ਵੀ ਸੰਤ ਪਰਮ ਗਿਆਨੀ ਹੋਵੇ ਜੇ ਉਹਦੇ ਮਨ ਦੇ ਵਿੱਚ ਫਤਿਹ ਤੋਂ ਵੱਧ ਕੇ ਕੋਈ ਤ੍ਰਿਸ਼ਨਾ ਵੀ ਮੇਰੇ ਕੋ ਪਹਿਰियां ਤਲਾਵੇ ਤੇ ਅੰਦਰ ਪਖੰਡ ਪਿਆ ਪਖੰਡ ਨਿਕਲਿਆ ਨਹੀਂ ਜੀ ਸੋ ਬੇਨਤੀ ਪ੍ਰਵਾਨ ਕਰ ਲੋ ਤੁਹਾਡੇ ਮਨ ਚ ਸ਼ਰਧਾ ਹੈ ਸ਼ਰਧਾ ਕਿਵੇਂ ਦਿਖਾਉਣੀ ਹੈ ਜੇ ਸ਼ਰਧਾ ਦਿਖਾਉਣੀ ਹੈ ਮੈਨੂੰ ਪ੍ਰੇਮ ਕਰਦੇ ਜੋ ਤੇ 30 ਤਰੀਕ ਨੂੰ ਜਿਹੜੇ ਨੌਜਵਾਨਾਂ ਨੇ ਤਿਆਰੀ ਨਹੀਂ ਕੀਤੀ ਜਿਹੜੇ ਨੌਜਵਾਨ ਅਜੇ ਪਤਿਤ ਨੇ ਕੇਸ ਕਤਲ ਕਰਦੇ ਨੇ ਜਿਹੜੀਆਂ ਭੈਣਾਂ ਨੇ ਅਜੇ ਤਿਆਰੀ ਨਹੀਂ ਕੀਤੀ ਅਮਰ ਛਗਣ ਦੀ ਤੇ ਤ੍ਰਿਕ ਨੂੰ ਕਾਲ ਤੱਕ ਸਾਬ ਤੇ ਅਮਰਤ ਸੰਚਾਰ ਹੋਣਾ ਹੈ ਵੱਧ ਚੜ ਕੇ ਪਹੁੰਚੋ ਸਤਕਾਰ ਕਰਨਾ ਹੈ ਤੇ ਗੁਰੂ ਮਹਾਰਾਜ ਦਾ ਕਰਨਾ ਹੈ ਮੇਰੇ ਵਰਗੇ ਬੰਦੇ ਦਾ ਕੀ ਕਰਨਾ ਸਤਕਾਰ ਜਿਹੜਾ ਅੱਜ ਹੈ ਕੱਲ ਨੂੰ ਹੋਵੇ ਨਾ ਜਿਹੜੇ ਬੰਦੇ ਦੀ ਬਯਾਦ ਕੋਈ ਨਹੀਂ ਜਿਹੜੇ ਬੰਦੇ ਨੇ ਸੰਸਾਰ ਤੇ ਆਇਆ ਤੇ ਤੁਰ ਜਾਣਾ ਉਹਦੇ ਅੱਗੇ ਮੱਥਾ ਕਿਉਂ ਟੇਕਣਾ ਹੈ ਮੱਥਾ ਕੇਵਲ ਉਹਨੂੰ ਟੇਕਣਾ ਜਿਹੜਾ ਸਦੀਵ ਕਾਲ ਤੋਂ ਮੌਜੂਦ ਹੈ ਤੇ ਜਿਹਨੇ ਸਦਾ ਰਹਿਣਾ ਜਿਹੜਾ ਆਦ ਸੱਚਾ ਹੈ ਜਿਹੜਾ ਜਗਾਦ ਸੱਚਾ ਹੈ ਜਿਹੜਾ ਹੈ ਵੀ ਸੱਚਾ ਹੈ ਤੇ ਜਿਹੜਾ ਹੋਸੀ ਵੀ ਸੱਚ ਹੈ ਜਿਨੇ ਸਦੀ ਵੀ ਰਹਿਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੱਥਾ ਉਹਨੂੰ ਟੇਕਣਾ ਤੇ ਕੇਵਲ ਤੇ ਕੇਵਲ ਉਹਨੂੰ ਟੇਕਣਾ ਹੈ ਤੇ 30 ਤਰੀਕ ਦੀ ਤਿਆਰ ਵੀ ਕਰ ਲੋ ਸੋ ਇੰਨੀਆਂ ਕਿ ਬੇਨਤੀਆਂ ਕਰਨੀਆਂ ਨੌਜਵਾਨਾਂ ਨੂੰ ਖਿਮਾ ਦਾ ਜਾਚ ਕਿਆ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ